Pendekar. ਕੌਣ ਸਾਹਿਬ ਸਾਰੇ ਵੀਰਾਂ ਨੂੰ ਬੇਨਤੀ ਜਿਹੜੇ ਪਿੱਛੇ ਖੜੇ ਆਪਣੀ ਪੰਚਾਇਤੀ ਇਲੈਕਸ਼ਨ ਇਲੈਕਸ਼ਨ ਨਹੀਂ ਪੰਜਾਬ ਦਾ ਸਾਰਾ ਕਾਂਗਰਸ ਨੇ ਸਾਰੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਹੈ ਮਜੋਰਟੀ ਆਫ ਦੇ ਕਾਗਜ਼ ਨਹੀਂ ਭਰਨ ਦਿੱਤੇ ਉਹਨਾਂ ਨਾਲ ਬਹੁਤ ਜ਼ਿਆਦਾ ਧੱਕਾ ਕੀਤਾ NOCs ਦੀ ਦਿੱਤੀਆਂ ਮੈਨੂੰ ਲੱਗਦਾ ਇਲੈਕਸ਼ਨ ਇਲੈਕਸ਼ਨ ਕਮਿਸ਼ਨ ਨੂੰ ਆਹੀ ਬੇਨਤੀ ਕਰਦਾ ਹੈ ਕਿ ਆਹ ਇਲੈਕਸ਼ਨ ਨੋਮੀਨੇਸ਼ਨ ਦਾ ਕਰ ਦੇਣ ਇਲੈਕਸ਼ਨ ਤਾਂ ਹੈ ਹੀ ਨਹੀਂ ਜਮ੍ਹਾਂ ਡੈਮੋਕਰੇਸੀ ਦਾ ਮਰਡਰ ਕੀਤਾ ਇਹਨਾਂ ਨੇ ਜੇ ਕੈਪਟਨ ਸਾਹਿਬ ਕਹਿ ਦੇਣ ਕੈਪਟਨ ਸਾਹਿਬ ਨੂੰ ਮੈਂ ਕਹਿਣਾ ਚਾਹੁੰਦਾ ਇੰਨੀ ਚਮਚੀ ਮਾਰਨ ਦੀ ਲੋੜ ਨਹੀਂ ਗਾਂਧੀ ਪਰਿਵਾਰ ਦੀ ਫੈਸਲਾ ਤੁਸੀਂ ਕਰ ਲਓ ਇੱਕ ਪਾਸੇ ਕੌਮ ਹੈ ਇੱਕ ਪਾਸੇ ਗਾਂਧੀ ਪਰਿਵਾਰ ਹੈ ਕਿਹਨੂੰ ਚੁਣਨਾ ਇਲੈਕਸ਼ਨ ਦੀ ਪੂਰੀ ਤਿਆਰੀ ਚੱਲ ਰਹੀ ਹੈ ਅਕਾਲੀ ਦਲ ਪੂਰਾ ਡਟ ਕੇ ਅਕਾਲੀ ਦਲ ਬੀਜੇਪੀ ਲੜੂਗਾ ਅਤੇ ਮੈਜੋਰਟੀ ਹੈ ਅਸੀਂ ਮੈਂ ਤੁਹਾਨੂੰ ਅੱਜ ਦੱਸਾਂ ਕੋਈ ਵੀ ਕੈਂਡੀਡੇਟ ਪਾਰਟੀ ਅਨਾਊਂਸ ਕਰੂਗੀ ਸਾਡੀ ਕੋਰ ਕਮੇਟੀ ਹੁੰਦੀ ਹੈ ਉਹ ਬਣਦੀ ਹੈ ਉਹ ਡਿਸਾਈਡ ਕਰਦੀ ਹੁੰਦੀ ਹੈ ਜੋ ਉਹ ਕਰ ਰਹੇ ਹੈ ਫਰੋਡ ਕਰ ਰਹੇ ਹੈ ਕੈਪਟਨ ਨੇ ਕੀ ਕਿਹਾ ਸੀ ਕਿਸਾਨਾਂ ਦਾ ਕਰਜ਼ਾ ਕੱਲ ਕੋਆਪਰੇਟਿਵ ਬੈਂਕ ਦਾ ਮਾਫ਼ ਕਰ ਰਿਹਾ ਹੈ ਰਾਜਸਥਾਨ 'ਚ ਵੀ ਕਰ ਰਿਹਾ ਦੂਜੇ ਕੋਆਪਰੇਟਿਵ ਬੈਂਕ 'ਚ ਕੌਣ ਲੈਂਦਾ ਉਹ ਲੈਂਦਾ ਜਿਹਦਾ ਬੈਂਕ ਕ੍ਰੈਡਿਟ ਜ਼ਿਆਦਾ ਠੀਕ ਹੋਏ ਉਹ ਕੀ ਹੈ 6 ਮਹੀਨੇ ਬਾਅਦ ਫਸਲ ਆ ਜਾਂਦੀ ਨਾਲ ਦੇ ਨਾਲ ਪੂਰੀ ਹੋ ਜਾਂਦੀ ਅਗਲੇ 6 ਮਹੀਨਿਆਂ ਬਾਅਦ ਫਿਰ ਦਿੰਦੇ ਆ ਜਿਹੜਾ ਬੰਦਾ ਰੈਗੂਲਰ ਹੈ 6 ਮਹੀਨੇ ਉਹਦਾ ਮਾਫ਼ ਕਰ ਦਿੰਦੇ ਆ ਅਸਲੀ ਕਰਜ਼ਾ ਹੈ ਬੈਂਕਾਂ ਦਾ ਜਿਹੜਾ ਲੌਂਗ ਟਰਮ ਲੋਨ ਹੈ ਉਹ ਤਾਂ ਮਾਫ਼ ਨਹੀਂ ਕੀਤਾ ਇਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੇ 70,000 ਕਰੋੜ ਦਾ ਵਾਅਦਾ ਕੀਤਾ ਸੀ 3,000 ਕਰੋੜ 'ਤੇ ਰਹਿ ਗਿਆ ਸਰ ਉਸ ਟਾਈਮ ਜੋ ਸਰਕਾਰ ਆਊਗੀ ਆਪਣੇ ਚੋਣ ਮੈਨੀਫੈਸਟੋ ਬੜੇ ਵਧੀਆ ਤਰੀਕੇ ਨਾਲ ਅਸੀਂ ਜੋ ਕਮਿਟ ਕਰਾਂਗੇ ਅਸੀਂ ਪੂਰਾ ਕਰਾਂਗੇ ਜਿਹੜੇ ਅੱਜ ਕਿਸਾਨ ਦੇਸ਼ ਕਿਸਾਨੀ 'ਤੇ ਨਿਰਭਰ ਹੈ ਜੇ ਕਿਸਾਨੀ ਖਤਮ ਹੋ ਗਈ ਤਾਂ ਦੇਸ਼ ਦਾ ਪ੍ਰੋਗਰੈਸ ਖਤਮ ਹੋ ਗਿਆ ਸੋ ਆਪਾਂ ਜਿਵੇਂ ਆਪਾਂ ਕਈ ਸਬਸਿਡੀਜ਼ ਦਿੰਦੇ ਹਾਂ ਆਹ ਸਬਸਿਡੀ ਸਮਝੋ ਜਿਵੇਂ ਆਪਾਂ ਇੰਡਸਟਰੀ ਨੂੰ ਸਬਸਿਡੀ ਦਿੰਦੇ ਹਾਂ ਇੰਡਸਟਰੀ ਲਾਉਣੀ ਹੋਏ 1,000,000 ਰੁਪਏ ਦੀ ਸਬਸਿਡੀ ਦੇ ਦਿੰਦੇ ਹਾਂ ਜਿਹਨੇ ਹਿਮਾਚਲ 'ਚ ਲਾਉਣਾ ਹੋਏ ਉਹਨੂੰ ਸੇਲ ਟੈਕਸ ਆਹ ਦੇਣ ਦੀ ਲੋੜ ਨਹੀਂ ਇਨਕਮ ਟੈਕਸ ਕਰਨ ਦੀ ਲੋੜ ਨਹੀਂ ਸੋ ਕਿਸਾਨ ਵਾਸਤੇ ਵੀ ਆਹ ਸਮ ਸੋਰਟ ਆਫ ਅ ਸਬਸਿਡੀ ਹੈ ਪਹਿਲੀ ਗੱਲ ਹੈ ਅਕਾਲੀ ਦਲ ਨੇ ਜੋ ਕਿਸਾਨਾਂ ਵਾਸਤੇ ਕੀਤਾ ਸਭ ਤੋਂ ਵੱਡਾ ਅਕਾਲੀ ਦਲ ਨੇ ਕੀਤਾ 6,000 ਕਰੋੜ ਰੁਪਇਆ ਸਾਲ ਦਾ ਅਸੀਂ ਟਿਊਬਵੈੱਲਾਂ ਦੇ ਬਿੱਲ ਮਾਫ਼ ਕਰਦੇ ਸੀ ਉਹ ਇਹਨਾਂ ਦੇ ਕਰਜ਼ਾ ਤਾਂ ਕਹਿੰਦੇ ਨਾ 1,00,000 ਰੁਪਇਆ ਜਿਹੜਾ ਹੈਗਾ ਆਪਣਾ ਇਹਨਾਂ ਨੇ 2,00,000 ਤੱਕ ਦਿੱਤੇ ਹੈ ਅਸੀਂ 10 ਸਾਲਾਂ 'ਚ 20,00,000 ਰੁਪਇਆ ਕਿਉਂਕਿ 1,00,000-2,00,000 ਟਿਊਬਵੈੱਲ ਦਾ ਕਰਜ਼ਾ ਬਿੱਲ ਆਉਣਾ ਸੀ ਅਸੀਂ ਮਾਫ਼ ਕਰਦੇ ਰਹੇ 6,000 ਕਰੋੜ ਸਾਲ ਦਾ ਮਤਲਬ 10 ਸਾਲਾਂ 60,000-65,000 ਕਰੋੜ ਰੁਪਇਆ ਅਸੀਂ ਮਾਫ਼ ਕੀਤਾ ਸਰਕਾਰ ਨਾ ਮਾਈਨਿੰਗ ਪਾਲਿਸੀ ਬਣਾਉਣਾ ਚਾਹੁੰਦੀ ਹੈ ਨਾ ਲਿਕਰ ਪਾਲਿਸੀ ਬਣਾਉਣਾ ਚਾਹੁੰਦੀ ਹੈ ਸਾਰੇ ਕਾਂਗਰਸ ਦੇ MLA ਅਤੇ ਲੀਡਰ ਲਿਕਰ ਸਮਗਲਿੰਗ 'ਤੇ ਲੱਗੇ ਆ ਸਾਰੇ ਰਾਜ ਹਰਿਆਣੇ ਤੋਂ ਸ਼ਰਾਬ ਆ ਕਾਂਗਰਸ ਦੇ ਲੀਡਰ ਲੈ ਕੇ ਆ ਰਹੇ ਆ ਅਤੇ ਇੱਥੇ ਵੇਚੀ ਜਾਂਦੇ ਤਾਂ ਹੀ ਉਹ ਜਾਣ ਕੇ ਆ ਮਾਈਨਿੰਗ ਪਾਲਿਸੀ ਤਾਂ ਨਹੀਂ ਬਣਾ ਰਹੇ ਕਿ ਹੁਣ ਖੁੱਲ੍ਹਾ ਉਹਨਾਂ ਨੂੰ ਸਭ ਮਿਲਿਆ ਕਿ ਹੁਣ ਕੋਈ ਲੀਗਲ ਮਾਈਨ ਤਾਂ ਹੈ ਹੀ ਨਹੀਂ ਹੁਣ ਸਾਰਾ ਰੇਤਾ ਜਿੰਨਾ ਆ ਰਿਹਾ ਕਾਂਗਰਸੀ ਲੀਡਰ ਅਤੇ ਉਹਨਾਂ ਦੇ ਸ਼ਹਿਰ 'ਤੇ ਸਾਰਾ ਚੱਲ ਰਿਹਾ